ਤੁਹਾਨੂੰ ਮੈਂ ਤੇ ਤੁਹਾਨੂੰ ਕੁਝ ਕਿਹਾ ਹੀ ਨਹੀਂ ਤੇ ਤੁਸੀਂ ਰੋਣ ਕਿਉਂ ਲੱਗ ਗਏ ਹੋ ਇਸੇ ਵਜ੍ਹਾ ਤੋਂ ਮੈਂ ਰੋਣ ਡਿਆ ਨਾ ਕਿਉਂ ਏ ਤੂੰ ਤੇਰਾ ਇਹ ਹਾਲ ਹੈ ਤੇ ਜਦੋਂ ਕੁਝ ਕਹੇਂਗੀ ਤੇ ਫੇਰ ਕੀ ਤੇਰਾ ਹਾਲ ਹੋਏ ਤੁਹਾਨੂੰ ਸਾਹ ਕੋ ਚੜ ਗਿਆ ਹਾਂਜੀ ਸਾਹ ਕੋ ਚੜ ਗਿਆ ਤੁਹਾਨੂੰ ਚੱਲੋ ਆਪਣੇ ਬੱਚੇ ਸੰਭਾਲ ਚੱਲ ਕੇ ਚੱਲ ਚੱਲ ਜਾਨੂ ਇੱਧਰ ਤੇ ਆ ਜੀ ਇੱਧਰ ਤੇ ਆ ਤੁਸੀਂ ਪਰੇ ਤੇ ਹੋਵੋ ਆ ਜਾਨੂ ਇੱਥੇ ਤੇ ਆ ਹਾਂਜੀ ਅਮੇ ਸਦਕੇ ਜਾਵਾਂ ਮੇਰਾ ਛੋਣਾ ਜੀ ਜਾਨੂ ਹਾਏ ਮੇਰੀ ਕੋਜੀ ਜੀ ਬੀਬੀ ਹਾਏ ਮੈਂ ਸਦਕੇ ਜਾਵਾਂ ਹਾਏ ਮੈਨੂੰ ਸਾਰੇ ਕਹਿੰਦੇ ਤੂੰ ਐਡੀ ਪਖੀ ਬੀਵੀ ਨਾਲ ਕਿਉਂ ਵਿਆਹ ਕੀਤਾ ਮੈਂ ਕਿਹਾ ਸਰਦੀਆਂ ਚ ਜਦੋਂ ਬੰਦਾ ਠੀਕ ਰਹਿੰਦਾ ਗਰਮ ਰਹਿੰਦਾ ਹੈ ਕਿ ਨਹੀਂ ਹਾਂ ਯਕੀਨ ਕਰ ਮੇਰੇ ਦੋਸਤਾਂ ਦਾ ਬੇੜਾ ਗਰਕ ਹੋਇਆ ਉਹਨਾਂ ਦੀਆਂ ਬੀਵੀਆਂ ਸੋਹਣੀਆਂ ਨੇ ਸਾਰੇ ਘਰੋਂ ਘਰੀ ਟੁਰ ਜਾਂਦੇ ਟਾਈਮ ਨਾਲ ਬਹੁਤੀਆਂ ਗੱਲਾਂ ਨਾ ਕਰੋ ਕੇਬਰ ਵਾਲਾ ਆਇਆ ਸੀ ਜੇ ਮੈਂ ਕੀ ਕਰਾਂ ਉਹ ਕਹਿੰਦਾ 2 ਮਹੀਨੇ ਦਾ ਬਿੱਲ ਤੁਹਾਡਾ ਦੇਣ ਵਾਲਾ ਤੇ ਉਹ ਦਿਓ ਮੈਂ ਤੇ ਵੇਖ ਟਾਈਮ ਵੇਖ ਮੈਂ ਤੇਰੀ ਵਜ੍ਹਾ ਤੋਂ ਅਜੇ ਤੱਕ ਗੋਸ਼ ਦੀ ਦੁਕਾਨ ਖੋਲ ਕੇ ਬੈਠਾ ਜਾਨੂ ਤੁਸੀਂ ਤੇ ਹਰ ਵੇਲੇ ਨਾਰਾਜ਼ ਰਹਿੰਦੇ ਹੋ ਮੇਰੇ ਨਾਲ ਤੇ ਹੋਰ ਮੈਂ ਕੀ ਵੇ ਤੇਰੇ ਨਾਲ ਰਾਜ਼ੀ ਰਵਾਂ ਜਾਨੂ ਆ ਤੇ ਸਹੀ ਤੇਰਾ ਬੈਠ ਕੇ ਚਾਰ ਪਿਆਰ ਦੀਆਂ ਗੱਲਾਂ ਤੇ ਕਰੀਏ ਬੈਠੋ ਹਾਂ ਪਿਆਰ ਦੀਆਂ ਗੱਲਾਂ ਕਰ ਲਓ ਮੈਂ ਤੇ ਤੁਹਾਨੂੰ ਕਿਹਾ ਸੀ ਅੱਜ ਮੱਛੀ ਲੈ ਕੇ ਆਣਾ ਕਿਹੜੀ ਮੱਛੀ ਜਾਨੂ ਮੱਛੀ ਸਦੀਕ ਵਾਲਿਆਂ ਦੀ ਮੱਛੀ ਆ ਮੱਛੀ ਉਹਦੇ ਕੋਲ ਖਤਮ ਹੋਈ ਸਦੀਕ ਸਾਹਿਬ ਆ ਭਾ ਰਹੇ ਨੇ ਹੁਣ ਇਹਨੇ ਮੈਂ ਵੇਖਾਂ ਤਾਂ ਸਹੀ ਜਿਹੜੀ ਰੋਜ਼ ਇੰਨੀ ਮੱਛੀ ਖਾਈ ਜਾਂਦੀ ਜਾਨੂ ਨਹੀਂ ਤੁਸੀਂ ਹੋਰ ਦੁਕਾਨ ਤੋਂ ਲਿਆਣੀ ਸੀ ਮੱਛੀ ਉਹ ਦੁਕਾਨ ਕਰਿਆਨੇ ਵਾਲੀ ਬੰਦ ਹੋ ਗਈ ਮੈਂ ਚਵਾਨੀ ਵਾਲੀ ਮੱਛੀ ਤੇਰੇ ਲਈ ਲੈ ਕੇ ਆਉਣੀ ਹੋਰ ਕਿਹੜੀ ਮੱਛੀ ਤੂੰ ਖਾਣੀ ਮੇਰੇ ਕੋਲ ਮੇਰੀ ਗੱਲ ਸੁਣ ਤੁਸੀਂ ਕਿਉਂ ਹਰ ਵੇਲੇ ਜਾਨੂ ਮੈਨਾਂ ਨਰਾਜ਼ ਰਹਿੰਦੇ ਹੋ ਤੇ ਕੀ ਕਰਾਂ ਦੱਸ ਤੁਸੀਂ ਕਦੇ ਮੇਰੇ ਵੱਲ ਮੂੰਹ ਕਰਕੇ ਇੰਜ ਕਰਕੇ ਤੇ ਵੇਖਿਆ ਕਰੋ ਯਕੀਨ ਕਰੋ ਮੈਂ ਕਦੀ ਵੀ ਨਹੀਂ ਇੰਜ ਵੇਖਦਾ ਇੱਕ ਦਿਨ ਮੈਨੂੰ ਕਹਿੰਦੀ ਮੇਰੇ ਵੱਲ ਮੂੰਹ ਕਰ ਲੈ ਮੈਨੂੰ ਡਰ ਆਉਂਦਾ ਹਾਂ ਮੈਂ ਕਿਹਾ ਮੈਂ ਤੇਰੇ ਵੱਲ ਮੂੰਹ ਕਰਾਂ ਮੈਨੂੰ ਡਰ ਆਉਂਦਾ ਹੋਰ ਮੈਂ ਆਸਤਾ ਬੋਲ ਮੈਂ ਮੱਲੇ ਵਾਲਿਆਂ ਨੂੰ ਨਹੀਂ ਦੱਸਿਆ ਕਿ ਤੂੰ ਮੇਰੀ ਬੀਵੀ ਹੈ ਮੈਂ ਨਹੀਂ ਗੱਲਾਂ ਬੋਲਦੀ ਆਪਾਂ ਜੀ ਆ ਗਏ ਵੇ ਮੈਂ ਤੂੰ ਕਿ ਮੱਲੇ ਦੇ ਵਿੱਚ ਗੰਦ ਪਾ ਕੇ ਬੈਠਾ ਹੋਇਆ ਵੇ ਕਿਹੜਾ ਗੰਦ ਪਾ ਕੇ ਮੇਰੀ ਬੀਵੀ ਹੈ ਮੇਰੀ ਇਹ ਗੰਦ ਪਾਇਆ ਮੈਂ ਹਾਂ ਵੇ ਤੇਰੀ ਬੀਵੀ ਹੈ ਜੀ ਹਾਂਜੀ ਹਾਂ ਹਾਏ ਤੇ ਮਰੇ ਵੇ ਤੇਰੇ ਘਰ 'ਚ ਕੁਰਸੀ ਕੋਈ ਨਹੀਂ ਕਿਉਂ ਤੇਰੇ ਘਰ 'ਚ ਥਾਂ ਕੋਈ ਨਹੀਂ ਹੈ ਇਹ ਉਹਨੂੰ ਅੰਦਰ ਲਿਜਾ ਕੇ ਮਾਰਦੇ ਉਹਨੂੰ ਕੁੱਚੂ 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 ਤੁਸੀਂ ਆਪ ਸਮਝਦਾਰ ਹੋ ਸਿਆਣੇ ਹੋ ਜਿਹਦੀ ਐਡੀ ਸੋਹਣੀ ਬੀਵੀ ਹੋਈ ਕਿਹਦਾ ਦਿਲ ਕਰਦਾ ਕੁਚੂ 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 ਮਾਰੇ ਵੀ ਹਾਂ ਪਤਨੀ ਜੇ ਨਾ ਹੋਵੇ ਤੇ ਮੈਂ ਮੇਰੀ ਗੱਲ ਸੁਣੇ ਨਾ ਹਾਂ ਇੱਧਰ ਆਏ ਨਾ ਮਰਾ ਤੂੰ ਪੜਦੇ ਨਹੀਂ ਕਰ ਉਧਰ ਹੋ ਜਾ ਮਗਰ ਮਾਰ ਨਹੀਂ ਆਉਂਦੀ ਹੈ ਪਿੱਛੇ ਪਿੱਛੇ ਰਹਿੰਦੀ ਹੈ ਲੈ ਤੂੰ ਸਾਨੂੰ ਕੀ ਕਹਿ ਰਿਹਾ ਜਦੋਂ ਮੈਂ ਕੋਈ ਕੰਮ ਜਾਵਾਂ ਅੱਗੋਂ ਲੰਘ ਜਾਂਦੀ ਸਿਆਣੇ ਕਹਿੰਦੇ ਕਾਲੀ ਬਿੱਲੀ ਅੱਗੋਂ ਲੰਘ ਜੇ ਤਾਂ ਕੰਮ ਤੇ ਨਹੀਂ ਜਾਣਾ ਚਾਹੀਦਾ ਮੈਂ ਛੁੱਟੀ ਕਰਕੇ ਘਰ ਬਹਿ ਜਾਣਾ ਯਕੀਨ ਕਰੋ ਉਧਰ ਹੋ ਜਾ ਪਰਦੇ ਦੀ ਗੱਲ ਕਰਨ ਲੱਗੇ ਆ ਨਹੀਂ ਮੈਂ ਕੁਝ ਨਹੀਂ ਕਹਿਣੀ ਤੁਸੀਂ ਕਰੋ ਗੱਲਾਂ ਕਹਿੰਦੀ ਕਿ ਤੇਰਾ ਕੋਈ ਪਤਾ ਨਹੀਂ ਕਿੱਥੇ ਤੇ ਦੰਦੀ ਨਾ ਵੜਦੇ ਇਹ ਅੱਜੀ ਭੈਣ ਨਹੀਂ ਕਿਥੋਂ ਤੁਹਾਨੂੰ ਕੀ ਦੱਸਾਂ ਇਹ ਬੜੀ ਲੰਮੀ ਗੱਲ ਹੈ ਬਹਿ ਜਾ ਮੈਂ ਨੰਦ ਦੱਸ ਚੱਲ ਬੜੀ ਲੰਮੀ ਗੱਲ ਹੈ ਮੈਂ ਤਾਂ ਕਹਿੰਦਾ ਕਿ ਛੁੱਟੀ ਵਾਲੇ ਦਿਨ ਦੱਸਾਂਗਾ ਤਾਂ ਮਾਰੇ ਵੀ ਵੇ ਦੱਸ ਮੈਨੂੰ ਇਹ ਨਾ ਅੰਮੀ ਨੇ ਰੱਖੀ ਸੀ ਘਰ ਕੰਮ ਵਾਲੀ ਹਾਂ ਤੇ ਕੰਮ ਕਰਨ ਆਉਂਦੀ ਹੁੰਦੀ ਸੀ ਅੱਛਾ ਬਸ ਇੱਕ ਦਿਨ ਮੈਂ ਦੇਸੀ ਸ਼ਰਾਬ ਪੀਤੀ ਸੀ ਉਹ ਮੈਂ ਨਸ਼ੇ ਸਾਂ ਅੱਛਾ ਉੱਤੋਂ ਕੰਮ ਵਾਲੀ ਆ ਗਈ ਅੰਮੀ ਘਰ ਕੋਨੀ ਸੀ ਜਦੋਂ ਕੰਮ ਵਾਲੀ ਆਈ ਤੇ ਮੈਨੂੰ ਨਸ਼ੇ 'ਚ ਨਾ ਇਹ ਬੜੀ ਕੰਮ ਦੀ ਲੱਗੀ ਫਿਰ ਬਸ ਮੇਰੀ ਅਕਲ ਹੀ ਮਾਰੀ ਗਈ ਮੈਂ ਇਹਨੂੰ ਵਿਆਹ ਵਾਲਾ ਕੰਮ ਲਾਇਆ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵਿਆਹ ਕਰਾ ਲਈਏ ਕਹਿੰਦੀ ਕਰਾ ਲਾ ਮੈਂ ਨਸ਼ੇ 'ਚ ਇਹਦੇ ਨਾਲ ਵਿਆਹ ਕਰ ਬੈਠਾ ਹਾਏ ਮੈਂ ਚੰਗਾ ਕੀਤਾ ਹੀ ਮੈਂ ਭੈੜਿਆ ਉਹ ਕਿਉਂ ਸਮਝੀ ਨਾ ਹੁੰਦਾ ਤੁਸੀਂ ਵੀ ਲਵ ਮੈਰਿਜ ਕੀਤੀ ਹਾਂ ਮੈਂ ਵੀ ਲਵ ਦੇ ਵਿੱਚ ਮੈਰਿਜ ਕਰ ਲਈ ਹੈ ਅੱਛਾ ਜੀ ਤੁਹਾਡੀ ਹਲੀ ਉਮਰ ਤੇ ਨਹੀਂ ਸ਼ਾਦੀ ਕਿਉਂ ਕਰਾਈ ਮੈਂ ਕਹਿੰਦਾ ਤੇ ਆਈਆਂ ਕਦੋਂ ਤੱਕ ਘਰ 'ਚ ਬੈਠਣ ਸਹੀ ਹੈ ਸਹੀ ਗੱਲ ਨਹੀਂ ਬਾਤ ਸੁਣੇ ਨਾ ਇਹਦੇ ਨਾਲ ਪਿਆਰ ਕਰਿਆ ਕਰ ਕਿਹਦੇ ਨਾਲ ਇਹਦੇ ਨਾਲ ਇਹਦੇ ਨਾਲ ਕੀ ਪਿਆਰ ਕਰਾਂ ਦੱਸੋ ਤੂੰ ਪਿਆਰ ਕਰਿਆ ਕਰ ਕੀ ਵੇ ਹਾਏ ਇਹਨੂੰ ਲੈ ਕੇ ਜਾ ਇਹਨੂੰ ਆਈਸਕ੍ਰੀਮ ਖਵਾ ਕਹਿੰਦੇ ਆ ਮੈਂ ਜਦੋਂ ਇਹਨੂੰ ਕਹਿੰਦਾ ਨਾ ਪਿਆਰ ਨਾਲ ਕਿ ਚਲ ਆ ਆਈਸਕ੍ਰੀਮ ਖਾਣ ਚੱਲੀਏ ਇਹ ਮੈਨੂੰ ਕਹਿੰਦੀ ਜਾਨੂ ਜੇ ਪਿਆਰ ਨਾਲ ਪੁੱਛ ਹੀ ਲਿਆ ਤੇ ਛੱਪੜ ਚੋਂ ਸੰਘਾੜੇ ਕੱਢ ਕੇ ਲਿਆਈਏ ਹਾਏ ਹਾਏ ਇਹਨੂੰ ਮੈਂ ਕਿੱਥੇ ਖਣਾ ਪਿਆਰ ਨਾਲ ਮੈਨੂੰ ਦੱਸੋ ਮੈਂ ਜਾਵੇਂ ਇਹਨੂੰ ਹਜ਼ੂਰੀ ਬਾਗ ਲੈ ਜਾ ਕਿਹੜੇ ਹਜ਼ੂਰੀ ਬਾਗ ਹਜ਼ੂਰੀ ਨਹੀਂ ਹਾਂ ਹਜ਼ੂਰੀ ਬਾਗ ਮੈਂ ਇਹਨੂੰ ਬਾਗ 'ਚ ਖੜਿਆ ਹੀ ਕਰੀ ਅਸੀਂ ਇੱਕ ਦਰਖਤ ਦੇ ਥੱਲੇ ਬੈਠੇ ਉੱਤੋਂ ਚਲੇਲਾਂ ਉਤਰ ਕੇ ਆ ਗਈਆਂ ਉਹ ਆ ਕੇ ਕਹਿੰਦੀ ਆ ਭਾਈ ਇਹਨੂੰ ਸਾਈਡ ਤੇ ਕਰ ਲੈ ਸਾਡੇ ਬੱਚੇ ਨਹੀਂ ਸੌਣ ਦੇ ਹੁਣ ਮੈਨੂੰ ਕਿੱਥੇ ਲੈ ਜਾ ਮੈਨੂੰ ਤੁਸੀਂ ਦੱਸੋ ਨਾ ਕਰਿਆ ਕਰ ਜੀ ਨਾ ਕਰਿਆ ਕਰ ਪਾਗਲਾ ਅੱਛਾ ਜੀ ਮੇਰੀ ਤੇ ਕਿਸਮਤ ਹੀ ਸੜ ਗਈ ਬਾਜੀ ਇਹਨਾਂ ਵਿਆਹ ਕਰਾ ਕੇ ਕਿਵੇਂ ਬਾਜੀ ਮਰ ਛਿੱਤਰ ਤਾਲੂ ਨੀਵਾ ਕਰਦਾ ਮੈਂ ਤੇਰਾ ਵੀ ਤੇ ਤੇਰੇ ਪਿਓ ਦਾ ਵੀ ਹਾਂ
ਇਹਦਾ ਪਿਓ ਕਹਿੰਦਾ ਵਿਆਹ ਵਾਲੇ ਦਿਨ ਕਹਿੰਦਾ ਲੈ ਚੱਲਾਂ ਸਾਡੇ ਘਰ ਦਾ ਚਾਨਣ ਹਾਂ ਇਹਨੂੰ ਹਾਂ ਮੇਰਾ ਲੀਮੇ ਵਾਲੇ ਦਿਨ ਮੀਟਰ ਕੱਟਿਆ ਗਿਆ ਐਡੀ ਨੈਸ਼ ਜਦੋਂ ਦੀ ਮੇਰੇ ਘਰ ਜਾਈ ਤੁਹਾਨੂੰ ਕੀ ਦੱਸਾਂ ਜਾਨੂ ਜੀ ਜੀ ਚਲੋ ਗੁੱਸਾ ਛੱਡ ਦੋ ਚਲੋ ਚੜੀਏ ਮਗਾਵਾ ਸੱਚੀ ਬੜੀ ਸਰਦੀ ਲੱਗਦੀ ਆ ਨਾ ਸੈਡ ਮੇਰੀ ਸੜੀ ਪਈ ਜਾਈ ਕੀ सोने रात ही कढ़नी इथे कढ़ लें बंदा आ गया बहने आ जाओ सामने वेखना मेनू अपने जज्बात ते कंट्रोल नहीं रहिंदा ना करया करो जानू तुसी मेरी बीवी जी और मैं तुहाडा खावां दा साडा पाकीज़ा रिश्ता मोहब्बतां दा तुहानू पता नहीं मैं तुहानू किस कदर प्यार जानू मैं चंगा भला हुन्ने एकदम पता नहीं मैनू की हो जांदा है जानू जानू तू मेरी जिंदगी हो तुसी भी मेरी जिंदगी हो तू मेरी मेरा प्यार हो मेरी मेरी की कहंदे ने ओ मेरी ठंडा को गुड्डू ब्याह को केड़ा गुड्डू जानू हाय हुन ब्याह होया मैं तो गुड्डू आवेगा ही ना एक गुड्डू आया ते सी ताडी गफलत दी वजह करके बेचारा इस दुनिया ते नहीं रहा क्या इंज करके सुती पई पीछे गुड्डू सुता पे है मिस कॉल मारी गुड्डू फुड़क के कंध च बचे ओ ताडी मिस कॉल दा आया हाल है ताडा मैसेज की करदा होना लेकिन फिर भी तुसी मेरा लव हो मेरा मैसेज भी तू है मेरी जान मेरा इश्क भी तू मेरी जान भी तू मतलब नहीं वेखिया टाइटैनिक सी ना तुसी 250 कप्पा ली चैनक हो इस करके कि तुसी मेरी जिंदगी हो ताडे बगैर मैं एक सांस भी नहीं ले सकता मैं भी ताडे बिना अधूरी हां जानू जी मेरा दिल करता है कि नहर दा किनारा होवे ताडी टिंड करा के तानू ओथे कच्छे लवा दे हां की बकवास कर रहे हो जानू जानू रोमांस रोमांस मेरा रोमांटिक मूड होया है अजकल रोमांस जानू जी जानू असी दोवी गड्डी दे दो पहिए हां मैं कार दा वा तुसी ट्राले दे लेकिन साडा साथ ओ कदी अलहदा नहीं हो सकदा जानू जानू मैं तने गल दसा जी सारा सारा दिन मैं बैठ के तेरा इंतजार करती रहनी हां हाय जानू मेनू ते इंज लगदा जिवें असी झील दे किनारे ते बैठे होए ओ मैं मर गई झील दे अंदर चलिए क्यों तानू गोते देने ने मैं मतलब प्यार दे समंदर च तानू गोते देने ने अच्छा और तानू गुत्तों फड़ के उदों बाहर कढ़ना जदों ताडे मुंह च 30-35 डड्डू फस जाने ने चलो बस कर दे मैं रोमांटिक गुफ्तगू कर रहे हैं मेरे में हल्का जिहा दौरा पिया हल्का जिहा दौरा मैं तानी बड़ी एहसान मंदा जानू जानू कि तुसी मेरे वर्गे दा विआह करता मेनू तुसी अपनी जिंदगी दे विच ले आए बस तुसी मेरा वादा करो मेनू कदे छड्डोगे ते नहीं मैं तैनू बिल्कुल नहीं छड्डना मैंने तेन किसी वक्त भी नहीं छड़ना समझ नहीं रहे मेरी गल सुन तुसी किसे होर औरत वाल नहीं वेखना घर आए खामद नू थके हारे नू मेने नहीं मारी दे बल्कि पुछी दा कोई खाना पीना चाय दा कप बना के लियाओ किथों बनांदे हो चाय दा कप क्यों हाय हाय घर च दूधी मुक गया साडा बच्चा भी कोई नहीं दूध कौन पी जांदा तानियां मासियां पप्पियां ताइयां सारियां आंदियां ने ना नाराज होया करो पैर इधर करो अपने क्यों करो ना अदब हाँ? जानू मैं तो आड़ा बहुत अदब करना क्यों क्योंकि तुसी मेनू पाल के मेरे ना व्याह कीता निहाज
तबीब हो गया नहीं जानू अल्लाह की कसम समझ आई कि नहीं तुम्हारी वजह करके ते मेरी मोहल्ले चो इज्जत है कि मैं तानू दस नहीं सकदा किवें एकाल तुसी छत ते खलोते हो आहो पूरा मोहल्ला मेनू पुछण दे सी पहन नवा गीजर लवाया जी जेल लिया के दी तो अंदर बैठी खान डई कहिंदी नवी चटनी आई यार बड़ी बेवकूफ औरत है मेरी बीवी बिल्कुल सेंसिबल अख वेख अख मज दी कढवा के लवाई है ऐसी अख है किसी तुहाडी घर वजे शहजादे वेखो मेरी गल सुनो लैन देन दुनिया ते बणिया बेशक बेशक हां बेशक 360 रुपये नाल ले ला ते बुड्ढी बटा ला मेरे की बेगैरो तेरी ये जुर्रत तू मेरी मोहब्बत दा मुल्ल लाया माफ कर दे ओ तू जानदा नहीं है कौन है कौन है जी ए मेरी जोजा है माजदा ने बकवास अपनी बंद कर ए तू अपना मुंह मेनू गर्मिया च देना तुसी की करना जनाब जामनू वेचने ने समझ ना जिवें कानून सुता अपना ना जरा लिखाओ इत की हो रहा दसो जरा की ना है किदा तुसी नी विच बोलना अच्छा लेडीज ना बोले दो मर्द गल कर रहे ने ना ए वर्दियां एवें नहीं पैंदियां ते किवें पैंदियां ने इंज पैंदियां ने लो ਸਾਨੂੰ ਤਰੀਕੇ ਨਾਲ ਸਮਝਾ ਨਾ ਲਿਖਾ ਆਪਣਾ ਹਾਂ ਲਿਖ ਲਿਖਾ ਲਿਖ ਕੀ ਲਿਖ ਲਵਾਂ ਲਿਖਾ ਤੇ ਸਹੀ ਕੁਛ ਲਿਖਣਾ ਓ ਯਾਰ ਲਿਖਾ ਕੀ ਲਿਖੀ ਧਰਮਪੁਰਾ ਮੁਗਲਪੁਰਾ ਸਭ ਕੁਛ ਲਿਖ ਦਿੱਤਾ ਕੁਛ ਲਿਖਾਏਗਾ ਤੇ ਮੈਂ ਲਿਖਾਂਗਾ ਹਾਂ ਦਾਲ ਪਾ ਦਾਲ ਪਾਤੀ ਜਾਂ ਭੱਜ ਕੇ ਰੋਟੀਆਂ ਫੜ ਲਿਆ ਮੈਂ ਕਿਹਾ ਦੋ ਦੋ ਮੁੰਜੀਆਂ ਫੇਰੇ ਲਾ ਦੇਂਗੇ ਫੇਰ ਕਿ ਮੈਂ ਪੁਲਿਸ ਮੁਕਾਬਲਾ ਪਾ ਦੇਣਾ ਸੀ ਤੈਨੂੰ ਇਹ ਮੈਨੂੰ ਪਤਾ ਨਹੀਂ ਤੈਨੂੰ ਕਿ ਮੈਂ ਕੀ ਅਫਸਰ ਆ ਆਈ ਐਮ ਸੌਰੀ ਆਈ ਐਮ ਸੌਰੀ ਇਹ ਕੁੜੀ ਮੈਂ ਗੁਜਰਾਂ ਵਾਲਿਓ ਫੜਨਾ ਤੇ ਮੁੰਡਾ ਸ਼ੇਖੂਪੁਰਿਓ ਦਾ ਪਰਚਾ ਪਾਉਣਾ ਇਕੱਠੇ ਬੈਠੇ ਸੀ ਹਾਂ ਨਾ ਲਿਖਾ ਪੂਰਾ ਜ਼ਰਾ ਇਹ ਨਾਮ ਨਾਲਾ ਢੂੰਗ ਲਓ ਪਹਿਲ ਓ ਯਾਰ ਨਾ ਲਿਖਾ ਅਸਲਮ ਇਹ ਅਸਲਮ ਸ਼ੀਨ ਦੇ ਨਾਲ ਹੀ ਹੁੰਦਾ ਨਾ ਹੋਰ ਤੇਰੀ ਭੈਣ ਸ਼ਮੀਮ ਨਾਲ ਹੁੰਦਾ ਹੈ ਹੈ ਬੇਗਮ ਚਲੋ ਤੁਸੀਂ ਅੰਦਰ ਬੇਬੇ ਕੋ ਨਾ ਕਰ ਦੋ ਉਹ ਪੁਲਿਸ ਆਈ